ਕੁੜੀ ਪੱਟੀ ਦੀ ਵਾਰਡ ਨੰਬਰ 10 ਵਿੱਚੋਂ ਕੁਝ ਅਣਪਛਾਤੇ ਚੋਰਾਂ ਵੱਲੋਂ ਇੱਕ ਘਰ ਵਿੱਚ ਦਾਖਲ ਹੋ ਕੇ 350 ਗ੍ਰਾਮ ਸੋਨਾ ਅਤੇ 40,000 ਰੁਪਿਆ ਨਕਦੀ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਜੈਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਸਾਰੇ ਘਰ ਤੋਂ ਬਾਹਰ ਗਏ ਹੋਏ ਸਨ ਅਤੇ ਜਦੋਂ ਉਹ ਘਰ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਘਰ ਦੇ ਦਰਵਾਜ਼ੇ ਰਜਿੰਦਰੇ ਟੁੱਟੇ ਪਏ ਨੇ, ਜਿਸ ਤੋਂ ਬਾਅਦ ਜਦ ਉਹਨਾਂ ਨੇ ਘਰ ਦੀ ਅਲਮਾਰੀ ਅੰਦਰ ਝਾਂਕੀ ਮਾਰੀ ਤੇ ਉਹਨਾਂ ਦਾ ਕੀਮਤੀ ਸਮਾਨ ਉੱਥੋਂ ਦੀ ਚੋਰੀ ਸੀ। ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਪਰ ਪੁਲਿਸ ਦੇ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਗਵਾਂਢੀਆਂ ਦੇ ਉੱਤੇ ਸ਼ੱਕ ਹੈ ਪਰ ਪੁਲਿਸ ਦੇ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਜ਼ਿਕਰਯੋਗ ਗੱਲ ਤੇ ਆਇਆ ਕਿ ਆਏ ਦਿਨ ਲਗਾਤਾਰ ਪੱਟੀ ਸ਼ਹਿਰ ਦੇ ਵਿੱਚ ਚੋਰੀਆਂ ਡਕੈਤੀਆਂ ਦਾ ਸਿਲਸਿਲਾ ਜਾਰੀ ਹੈ ਪਰ ਪੁਲਿਸ ਪ੍ਰਸ਼ਾਸਨ ਬਿਲਕੁਲ ਸੁਸਤ ਨਜ਼ਰ ਆ ਰਿਹਾ ਹੈ ਅਤੇ ਚੋਰੀਆਂ ਕਰਨ ਵਾਲੇ ਚੁਸਤ ਨਜ਼ਰ ਆ ਰਹੇ ਨੇ। ਬੱਚੇ ਜਿਵੇਂ ਪਹਿਲਾਂ ਮੇਰਾ ਬੇਟਾ ਵਿਆਹ ਗਿਆ, ਫਿਰ ਬੇਟੀਆਂ ਕਾਲਜ ਗਈਆਂ, ਉਹ ਘਰ ਹੀ ਸੀ ਪਹਿਲਾਂ। ਮੈਨੂੰ ਇਹ ਸੀ ਵੀ ਚਲੋ ਛੁੱਟੀਆਂ, ਬੱਚੇ ਘਰ ਹੀ ਆ। 11:30 ਵਜੇ ਉਹਨਾਂ ਨੂੰ ਕਾਲਜ ਬੁਲਾਇਆ ਗਿਆ, ਰੋਲ ਨੰਬਰ ਲੈਣੇ ਸੀ। ਉਸ ਤੋਂ ਬਾਅਦ ਜਦੋਂ ਬਸ ਆਹੀ 2-2.5 ਘੰਟਿਆਂ ਦਾ ਵਿੱਚ ਫਰਕ ਪਿਆ, ਅਸੀਂ 2 ਵਜੇ ਆਏ ਅਤੇ ਸਾਡਾ ਤਾਲਾ ਟੁੱਟਾ ਪਿਆ ਬਾਹਰ। ਅੰਦਰ ਆਏ, ਜਦੋਂ ਅੰਦਰ ਆਏ ਤਾਂ ਅੰਦਰ ਦਰਵਾਜ਼ੇ ਦਾ ਵੀ ਤਾਲਾ ਟੁੱਟਾ ਪਿਆ, ਕੁੰਡੇ ਟੁੱਟੇ ਪਏ। ਫਿਰ ਉਸ ਤੋਂ ਬਾਅਦ ਆਏ, ਅਲਮਾਰੀ ਦੇ ਸਾਰੇ ਲੋਕਰ ਲੁਕਰ ਕੱਢ ਕੇ ਬਾਹਰ ਰੱਖੇ, ਡੱਬੇ ਖਿਲਰੇ ਪਏ, ਸਾਰਾ ਸਾਡਾ ਸੋਨਾ ਗਾਇਬ। ਸੋਨਾ ਸਾਡਾ 35 ਤੋਲੇ ਸੋਨਾ ਸੀ, ਪਰਸ ਮੇਰਾ ਕਾਲਾ, ਉਹਦੇ ਵਿੱਚ 40-50 ਹਜ਼ਾਰ ਰੁਪਇਆ ਸੀ, ਉਹ ਵੀ ਸਾਰੀਆਂ ਜਿੱਪਾਂ ਖੁੱਲੀਆਂ ਖਾਲੀ ਪਿਆ ਹੋਇਆ ਸੀ। ਬਾਅਦ 'ਚ ਮੈਂ ਆ ਕੇ ਬੜਾ ਇੰਨਾ ਸੋਨਾ ਤੁਸੀਂ ਘਰ ਕਿਵੇਂ ਰੱਖਿਆ ਜੀ? ਬਸ ਉਹ ਅਸੀਂ, ਸਾਡੀ ਮੈਰਿਜ ਸੀ 2-3 ਅਤੇ ਬੈਂਕ 'ਚ ਸੀ, ਉਹ ਅਸੀਂ ਲੈ ਕੇ ਆਏ ਸੀ ਘਰੇ ਕਿ ਚਲੋ ਇੱਕ ਮੈਰਿਜ 'ਤੇ ਪਾ। ਸ਼ੋਪ ਵਗੈਰਾ ਵੀ ਕਰਦੇ ਸੋ? ਹਾਂਜੀ ਹਾਂਜੀ। ਕੀ ਇਸ ਸੰਬੰਧੀ ਕੋਈ ਲਿਖਤੀ ਦਰਖਾਸਤ ਦਿੱਤੀ? ਹਾਂਜੀ ਅਸੀਂ ਦਿੱਤੀ ਦਰਖਾਸਤ, ਸਾਨੂੰ ਆਪਣੇ ਆਪ ਆਂਢ ਗੁਆਂਢ 'ਤੇ ਸ਼ੱਕ ਵਾ ਪੂਰੀ ਤਰ੍ਹਾਂ, ਸ਼ੱਕ ਪੂਰਾ ਵਾ ਬਿਲਕੁਲ। ਉਸ ਵੱਲੋਂ ਕੋਈ ਕਾਰਵਾਈ ਕੀਤੀ ਗਈ? ਪੁਲਿਸ ਵੱਲੋਂ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਭਾਜੀ, ਮਤਲਬ ਸਾਡਾ ਜੋ ਵੀ ਉਹਨਾਂ ਨੇ ਲੈ ਕੇ ਗਏ ਆ ਬੰਦੇ, ਪਰ ਸਾਨੂੰ ਕੋਈ ਇਨਸਾਫ। ਕੀ ਮੰਗ ਕਰਦੇ ਜੀ? ਸਾਡੀ ਇਹੋ ਹੀ ਮੰਗ ਵਾ ਭਾਜੀ ਕਿ ਸਾਨੂੰ ਜਿਹੜਾ ਸਾਡਾ ਸਾਰਾ ਸਮਾਨ ਆ, ਸਾਡਾ ਸੋਨਾ, ਪੈਸੇ ਸਾਨੂੰ ਵਾਪਸ ਦਿਵਾਏ ਜਾਣ ਅਤੇ ਇਹਨਾਂ ਦੋਸ਼ੀਆਂ ਤੋਂ ਗ੍ਰਿਫਤਾਰ ਕੀਤਾ ਜਾਵੇ ਅਤੇ ਇਹਨਾਂ ਨੂੰ ਸਜ਼ਾ ਮਿਲੇ ਪੂਰੀ ਤਰ੍ਹਾਂ। ਮੇਰਾ ਨਾਮ ਕਰਨਵੀਰ ਸਿੰਘ। ਕੀ ਗੱਲ ਹੋਈ ਹੈ, ਚੋਰੀ ਹੋਈ ਹੈ ਜੀ, ਕਿਸ ਚੀਜ਼ ਦਾ? ਸਰ ਮੈਂ ਨਾ ਫੰਕਸ਼ਨ 'ਤੇ ਗਿਆ ਸੀ ਅਤੇ ਮੈਨੂੰ ਉੱਥੇ ਤਕਰੀਬਨ 2 ਵਜੇ ਫੋਨ ਆਇਆ ਮੰਮੀ ਦਾ, ਅਤੇ ਉਹ ਮੈਨੂੰ ਕਹਿ ਰਹੇ ਸੀ ਕਿ ਚੋਰੀ ਹੋ ਗਈ ਬਿਲਕੁਲ। ਅਤੇ ਸਰ ਮੈਂ ਉੱਥੇ ਬਿਲਕੁਲ ਹੀ ਫਿਰ ਭੱਜ ਆਇਆ, ਵਾਪਸ ਆਇਆ ਅਤੇ ਘਰ ਆਣ ਕੇ ਵੇਖਿਆ ਕਿ ਸਾਰਾ ਕੁਝ ਟੁੱਟਾ ਪਿਆ, ਲੋਕਰ ਲੁਕਰ ਇੱਦਾਂ ਬਾਹਰ ਡਿੱਗੇ ਪਏ ਆ। ਅਤੇ ਬਸ ਉਸ ਤੋਂ ਬਾਅਦ ਸਰ ਪੁਲਿਸ ਨੂੰ ਥੋੜ੍ਹਾ ਫਰਕ ਦੱਸਿਆ ਵਾ, ਪੁਲਿਸ ਵੀ ਆ ਕੇ ਵੇਖ ਕੇ ਗਈ ਆ, ਨਕਦੀ ਸਰ 40,000 ਕੈਸ਼ ਹੈਗਾ। ਇਸ ਸੰਬੰਧੀ ਕੋਈ ਥਾਣੇ ਦਿੱਤੀ ਦਰਖਾਸਤ? ਹਾਂਜੀ ਸਰ, ਥਾਣੇ ਦਿੱਤੀ ਹੋਈ ਹੈ ਦਰਖਾਸਤ। ਕੋਈ ਕਾਰਵਾਈ ਹੋਈ ਅਜੇ ਤੱਕ? ਸਰ ਕਾਰਵਾਈ ਪੁਲਿਸ ਇੱਕ ਵਾਰੀ ਲੈ ਕੇ ਗਈ ਹੈ, ਬਸ ਫਿਰ ਬਾਅਦ 'ਚ ਲੈ ਕੇ ਲੈ ਕੇ ਛੱਡਦਾ। ਸਰ ਤੁਹਾਡੇ ਆਂਢ ਗੁਆਂਢੀ ਬੰਦੇ ਹੈਗੇ, ਉਹਨਾਂ ਨੂੰ ਲੈ ਕੇ ਗਈ ਜਿਹਨਾਂ ਦਾ ਸਾਨੂੰ ਤੁਹਾਨੂੰ ਉਹਨਾਂ ਦਾ ਸ਼ੱਕ ਆ? ਬਿਲਕੁਲ ਸਰ, ਪੂਰਾ ਪੂਰਾ ਸ਼ੱਕ ਆ। ਕੀ ਮੰਗ ਕੀ ਕਰਦੇ ਆ ਸਰ ਤੁਸੀਂ? ਸਰ ਮੰਗ ਇਹ ਹੀ ਕਰਦੇ ਹਾਂ ਕਿ ਸਰ ਸਾਡਾ ਜਿਹੜਾ ਸੋਨਾ ਵਾ ਸਾਨੂੰ ਵਾਪਸ ਕੀਤਾ ਜਾਵੇ, ਸਾਡੇ ਨਾਲ ਪੂਰਾ ਇਨਸਾਫ ਕੀਤਾ ਜਾਵੇ, ਅਤੇ ਜਿਹੜੇ ਜਿੰਨੇ ਵੀ ਇਹ ਚੋਰ ਚੂਰ ਹੈਗੇ ਜਿਹੜੇ ਪਹਿਲਾਂ ਵੀ ਚੋਰੀਆਂ ਕਰਦੇ ਆ, ਹੁਣ ਵੀ ਇਹਨਾਂ ਨੇ ਕੀਤੀ, ਅਤੇ ਇਹ ਇਹਨਾਂ ਨੂੰ ਮਤਲਬ ਇੱਕ ਵਾਰੀ ਚੰਗੀ ਸਜ਼ਾ ਦਿੱਤੀ ਜਾਵੇ ਕਿ ਬਾਅਦ 'ਚੋਂ ਇਹਨਾਂ ਨੂੰ ਇਕੜੀ ਹੋਵੇ ਕਿ ਕਿਸੇ ਹੋਰ ਨੂੰ ਹੱਥ ਲਾਉਣ ਤੋਂ ਪਹਿਲਾਂ 100 ਵਾਰੀ ਸੋਚਣ। ਅਸੀਂ ਆਰਸੀਐਸਪੀ ਕੋਲੋਂ ਮੰਗ ਕਰਦੇ ਹਾਂ ਕਿ ਸਾਨੂੰ ਸਾਡਾ ਸਮਾਨ ਵਾਪਸ ਦਿਵਾਇਆ ਜਾਵੇ ਅਤੇ ਚੋਰਾਂ ਨੂੰ, ਜੋ ਵੀ ਚੋਰ ਹੋਏ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਜ਼ਾ ਦਵਾਈ ਜਾਵੇ। ਜਿਹੜਾ ਇੰਨਾ ਸੋਹਣਾ ਤੁਸੀਂ ਘਰ 'ਚ ਰੱਖਿਆ, ਕੀ ਕੰਮ ਕਰਦੇ ਤੁਸੀਂ? ਇਹ ਸਰ ਸੁਨਿਆਰਿਆਂ ਦਾ ਕੰਮ ਕਰਦੇ ਅਸੀਂ। ਇਹ ਸੋਹਣਾ ਕਿਹੜਾ ਸੀ? ਹਾਂਜੀ ਸੋਹਣਾ ਸਾਡਾ ਕੁਛ ਸਾਡਾ ਘਰ ਦਾ ਸੀ ਸਮਾਨ, ਕੁਛ ਕਹੇ ਗਾਹਕ ਨਾਲ ਦੁਕਾਨ ਦਾ ਦੁਕਾਨਦਾਰਾਂ ਦਾ ਗਾਹਕਾਂ ਦਾ ਸਮਾਨ ਬੰਨਾ ਹੋਇਆ ਸੀ, ਉਹਨਾਂ ਦਾ ਸਮਾਨ ਘਰ ਰੱਖਿਆ ਹੋਇਆ ਸੀ। ਬਿਊਰੋ ਰਿਪੋਰਟ, ਡਾਟੀਵੀ, ਐਨਆਰਆਈ।